RCEP ਇੱਕ ਅਜਿਹਾ ਨਾਂ ਜਿਸ ਨੇ ਦੇਸ਼ ਦੇ ਕਿਸਾਨਾਂ ਖਾਸ ਕਰਕੇ ਬੇਜ਼ਮੀਨੇ ਮੱਧਮ ਤੇ ਛੋਟੇ ਕਿਸਾਨਾਂ ਜੋ ਕਿ ਛੋਟੇ ਰਵਾਇਤੀ ਸਹਾਇਕ ਧੰਦਿਆਂ ਤੇ ਨਿਰਭਰ ਨੇ ਉਹਨਾਂ ਦੇ ਸਾਹ ਸੁਕਾਉਣੇ ਸ਼ੁਰੂ ਕਰ ਦਿੱਤੇ ਨੇ RCEP ਯਾਨੀ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਆਸIAN ਤੇ ਏਸ਼ੀਆ ਦੇ 16 ਦੇਸ਼ਾਂ ਵਿਚਾਲੇ ਹੋਣ ਵਾਲਾ ਸਮਝੌਤਾ ਹੈ ਜਿਸ ਤਹਿਤ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ ਦੇਸ਼ਾਂ ਤੋਂ ਭਾਰਤ ਵਿੱਚ ਆਉਣ ਵਾਲੇ 90% ਸਮਾਨ ਤੇ ਟੈਕਸ ਖਤਮ ਹੋ ਜਾਵੇਗਾ ਇਸ ਲਈ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦਾ ਸਿਖਰ ਸੰਮੇਲਨ ਆਸਿਆਨ ਬੈਂਕਾਕ ਚ ਸ਼ੁਰੂ ਹੋ ਗਿਆ ਮਿਆਂਮਾਰ ਬਰੂਨੇਈ ਕੰਬੋਡੀਆ ਫਿਲੀਪੀਨਸ ਇੰਡੋਨੇਸ਼ੀਆ ਲਾਓਸ ਮਲੇਸ਼ੀਆ ਸਿੰਗਾਪੁਰ THAILAND ਤੇ ਵਿਏਟਨਾਮ ਇਸ ਦੇ ਮੈਂਬਰ ਨੇ ਜਦਕੀ ਭਾਰਤ ਚੀਨ ਜਾਪਾਨ ਦੱਖਣੀ ਕੋਰੀਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਹਿਯੋਗੀ आरसीईपी ਦਾ ਅਸਰ ਕਿਸਾਨੀ ਦੁੱਧ ਉਤਪਾਦਕਾਂ ਦਵਾਈਆਂ ਆਟੋਮੋਬਾਈਲ ਸਟੀਲ ਗੈਣਾਂ ਤੇ ਟੈਕਸਟਾਈਲ ਵਰਗੇ ਖੇਤਰਾਂ ਤੇ ਪਵੇਗਾ ਮਾਹਿਰਾਂ ਦਾ ਕਹਿਣਾ ਹੈ ਕਿ ਡੇਰੀ ਧੰਦੇ ਤੇ ਇਸ ਦਾ ਬਹੁਤ ਅਸਰ ਪਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਭਾਰਤ 'ਚ ਜ਼ਰੂਰਤ ਦੇ ਹਿਸਾਬ ਨਾਲ ਦੁੱਧ ਦੀ ਪੂਰੀ ਪੈਦਾਵਾਰ ਹੋ ਰਹੀ ਹੈ ਤੇ ਜੇਕਰ ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਦੁੱਧ ਮੰਗਵਾਇਆ ਜਾਵੇਗਾ ਤਾਂ ਦੇਸ਼ ਦੇ ਦੁੱਧ ਉਤਪਾਦਕ ਕਾਫੀ ਪ੍ਰਭਾਵਿਤ ਹੋਣਗੇ ਸਟੇਟ ਬੈਂਕ ਆਫ ਇੰਡੀਆ ਨੇ ਆਪਣੀ ਰਿਪੋਰਟ ਚ ਕਿਹਾ ਕਿ ਭਾਰਤ ਜੇਕਰ ਇਸ ਚ ਸ਼ਾਮਲ ਹੁੰਦਾ ਹੈ ਤਾਂ ਘਰੇਲੂ ਉਤਪਾਦ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੇ। ਸਟੇਟ ਬੈਂਕ ਦੀ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ 2018-2019 ਵਿੱਚ ਆਰਸੀਈਪੀ ਦੇ 15 ਵਿੱਚੋਂ 11 ਮੈਂਬਰ ਦੇਸ਼ਾਂ ਨੇ ਭਾਰਤ ਦਾ ਘਾਟੇ ਦਾ ਵਪਾਰ ਰਿਹਾ ਹੈ। ਭਾਰਤ ਦਾ 2018-19 ਚ ਵਪਾਰ ਘਾਟਾ 184 ਅਰਬ ਡਾਲਰ ਦਾ ਸੀ। ਆਰਸੀਈਪੀ ਦੇ ਦੇਸ਼ਾਂ ਨਾਲ ਭਾਰਤ ਦਾ ਦਰਾਮਦ 34% ਸੀ ਅਤੇ ਬਰਾਮਦ ਸਿਰਫ 21% 2013-14 ਅਤੇ 2018-19 ਵਿਚਾਲੇ ਭਾਰਤ ਦਾ ਚੀਨ ਦੇ ਨਾਲ ਵਪਾਰ ਘਾਟਾ 36 ਅਰਬ ਡਾਲਰ ਤੋਂ ਵੱਧ ਕੇ 53 ਅਰਬ ਡਾਲਰ ਹੋ ਗਿਆ ਸੀ ਹੁਣ ਭਾਰਤ ਦੇ ਕੁੱਲ ਵਪਾਰ ਘਾਟੇ 'ਚ ਚੀਨ ਦਾ ਹਿੱਸਾ ਅੱਧਾ ਹੈ ਦੂਜੇ ਪਾਸੇ ਆਰਸੀਈਪੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਚ ਪੱਧਰੀ ਸਲਾਹਕਾਰ ਸਮੂਹ ਨੇ ਆਪਣੀ رائے ਦਿੱਤੀ ਹੈ ਉਸ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਆਰਸੀਈਪੀ 'ਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਇਸ ਸਮੂਹ ਦਾ ਕਹਿਣਾ ਹੈ ਕਿ ਭਾਰਤ ਦਾ RCEP ਵਿੱਚੋਂ ਬਾਹਰ ਰਹਿਣ ਦਾ ਸਵਾਲ ਹੀ ਨਹੀਂ ਉੱਠਦਾ ਕਿਉਂਕਿ ਇਸ ਦੇ ਕਾਰਨ ਭਾਰਤ ਇੱਕ ਵੱਡੇ ਖੇਤਰੀ ਬਾਜ਼ਾਰ ਤੋਂ ਬਾਹਰ ਹੋ ਜਾਵੇਗਾ। ਏਸ਼ੀਆ ਪ੍ਰਸ਼ਾਂਤ ਅਤੇ ਇਹਨਾਂ 16 ਦੇਸ਼ਾਂ ਦੇ ਕੋਲ ਵਿਸ਼ਵ ਪੱਧਰੀ GDP ਦਾ 1/3 ਹਿੱਸਾ ਹੈ। ਜੇਕਰ ਇਹ ਸਫਲ ਰਿਹਾ ਤਾਂ RCEP 3.4 ਅਰਬ ਲੋਕਾਂ ਦੀ ਮਾਰਕੀਟ ਬਣ ਜਾਵੇਗਾ। ਅਮਰੀਕਾ ਨਾਲ جاری ਟ੍ਰੇਡ ਵਾਰ ਵਿਚਾਲੇ ਚੀਨ RCEP ਦੀ ਵਕਾਲਤ ਕਰ ਰਿਹਾ ਹੈ। ਚੀਨ ਭਾਰਤ ਵਿੱਚ ਵੱਡਾ ਐਕਸਪੋਰਟਰ ਦੇਸ਼ ਹੈ ਅਤੇ ਸਿਰਫ ਚੀਨ ਦੇ ਨਾਲ ਹੀ ਭਾਰਤ ਦਾ ਵਪਾਰ ਘਾਟਾ ਬਹੁਤ ਵੱਡਾ ਹੈ ਡਰ ਹੈ ਕਿ ਜੇਕਰ ਆਰਸੀਈਪੀ ਡੀਲ ਹੋਈ ਤਾਂ ਚੀਨ ਦੇ ਇਹ ਉਤਪਾਦ ਭਾਰਤੀ ਬਾਜ਼ਾਰ ਵਿੱਚ ਹੋਰ ਵੱਧ ਜਾਣਗੇ 2006 ਤੋਂ ਬਾਅਦ ਭਾਰਤ ਦੇ ਤੇਜ਼ੀ ਦੇ ਨਾਲ ਦਵੱਲੇ ਵਪਾਰ ਸਮਝੌਤੇਾਂ ਤੇ ਦਸਤਖਤ ਕਰਨਾ ਸ਼ੁਰੂ ਕੀਤਾ ਸੀ ਡਾਟਾ ਦੇਖੋ ਤਾਂ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਸਮਝੌਤਿਆਂ ਨਾਲ ਭਾਰਤ ਦਾ ਵਪਾਰ ਘਾਟਾ ਘਟਣ ਦੀ ਬਜਾਏ ਵਧਿਆ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਭਾਰਤ ਦਾ ਇਹਨਾਂ 16 ਦੇਸ਼ਾਂ ਨਾਲ ਆਰਸੀਈਪੀ ਸਮਝੌਤਾ ਹੋ ਜਾਂਦਾ ਤਾਂ ਦੇਸ਼ ਦੇ ਲੋਕਾਂ ਨੂੰ ਇਸ ਦਾ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੋਵੇਗਾ